ਸਤਿ ਸ਼੍ਰੀ ਅਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਅਤੇ ਬਠਿੰਡਾ ਪੁਲਿਸ ਥਾਣੇ ਦੇ ਵਿੱਚ ਇੱਕ ਦਰਖਾਸਤ ਕਿਸੇ ਵਿਅਕਤੀ ਦੇ ਵੱਲੋਂ ਦਰਜ ਕਰਵਾਈ ਗਈ ਹੈ, ਜਿਸ ਦਾ ਇਹ ਕਹਿਣਾ ਹੈ ਕਿ ਔਨਲਾਈਨ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਗਾਉਣ ਦੇ ਨਾਂ 'ਤੇ ਇੱਕ ਕੰਪਨੀ ਹੈ ਜਿਸ ਦੇ ਵੱਲੋਂ ਉਸਦੇ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ 42 ਲੱਖ ਰੁਪਏ ਦੀ ਇਹ ਧੋਖਾਧੜੀ ਦਾ ਮਾਮਲਾ ਦੱਸਿਆ ਜਾ ਰਿਹਾ। ਦਰਅਸਲ ਜਿਸ ਵਿਅਕਤੀ ਦੇ ਵੱਲੋਂ ਦਰਖਾਸਤ ਦਿੱਤੀ ਗਈ ਹੈ ਉਸਦਾ ਕਹਿਣਾ ਕਿ ਔਨਲਾਈਨ ਹੀ ਉਹ ਇਸ ਕੰਪਨੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਜੋ ਕੰਪਨੀ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਗਾਉਂਦੀ ਹੈ ਅਤੇ ਪੈਸਿਆਂ ਦੇ ਵਿੱਚ ਵਾਧਾ ਕਰਦੀ ਹੈ। ਪਰ ਉਸਦਾ ਕਹਿਣਾ ਹੈ ਕਿ ਜਦ ਉਸਦੇ ਵੱਲੋਂ ਇਸ ਕੰਪਨੀ ਦੇ ਵਿੱਚ ਪੈਸੇ ਲਗਾਏ ਗਏ ਨੇ ਤਾਂ ਹੁਣ ਉਸਦੇ ਨਾਲ ਫਰੋਡ ਕੀਤਾ ਜਾ ਰਿਹਾ, ਲੱਖਾਂ ਦੀ ਜਿਹੜੀ ਠੱਗੀ ਹੈ ਉਸਦੇ ਨਾਲ ਮਾਰੀ ਜਾ ਰਹੀ। ਜਿਸ ਨੂੰ ਲੈ ਕੇ ਇਸ ਵਿਅਕਤੀ ਦੇ ਵੱਲੋਂ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਇਸੇ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਔਨਲਾਈਨ ਟਰੈਪ ਦੇ ਰਾਹੀਂ ਆਪਣੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੈ, ਜਿਸ ਦੇ ਮਾਮਲੇ ਆਏ ਦਿਨ ਵੱਧਦੇ ਹੋਏ ਨਜ਼ਰ ਆ ਰਹੇ ਨੇ। ਮੇਰਾ ਨਾਂ ਇੰਸਪੈਕਟਰ ਹਰਜੋਤ ਸਿੰਘ ਹੈ, SHO ਥਾਣਾ ਸਿਵਲ ਲਾਈਨ ਬਠਿੰਡਾ। ਇੱਕ ਸੁਸ਼ੀਲ ਕੁਮਾਰ ਗੁਪਤਾ ਨਾਮ ਦੇ ਵਿਅਕਤੀ ਵੱਲੋਂ ਜਿਹੜਾ ਹੈਗਾ ਮਾਨਯੋਗ SSP ਸਾਹਿਬ ਦੇ ਦਰਖਾਸਤ ਦਿੱਤੀ ਗਈ ਸੀ ਕਿ ਇੱਕ ਵਾਈਕਿੰਗ ਨਾਂ ਦੀ ਜਿਹੜੀ ਹੈਗੀ ਆ ਕੰਪਨੀ ਹੈਗੀ ਜੋ ਇਨਵੈਸਟਮੈਂਟ ਕਰਾਉਂਦੀ ਹੈਗੀ ਆ ਸਟਾਕ ਮਾਰਕੀਟ 'ਚ, ਅਤੇ ਜੋ ਉਹਨੇ ਉਹ 'ਚ ਸਟਾਕ ਮਾਰਕੀਟ 'ਚ ਪੈਸੇ ਲਾਏ ਸੀਗੇ ਉਹਨਾਂ ਰਾਹੀਂ 42 ਲੱਖ ਰੁਪਈਏ ਦੇ ਕਰੀਬ, ਅਤੇ ਉਦੋਂ ਬਾਅਦ ਉਹਨੂੰ ਬਾਅਦ 'ਚ ਪਤਾ ਲੱਗਿਆ ਵੀ ਉਹਦੇ ਨਾਲ ਫਰੋਡ ਹੋ ਗਿਆ, ਜਿਸ 'ਤੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਜਿਹੜਾ ਹੈਗਾ ਮੁਕੱਦਮਾ ਨੰਬਰ 110 420 ਧਾਰਾ ਅਧੀਨ ਧਾਰਾ 420 120 ਵੀ ਥਾਣਾ ਸਿਵਲ ਲਾਈਨ ਦਰਜ ਕਰਕੇ ਜਿਹੜੀ ਉਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹ ਔਨਲਾਈਨ ਹੀ ਸਾਈਟ ਥਰੂ ਹੀ ਆਇਆ ਸੀ, ਔਨਲਾਈਨ ਇਹਨੇ ਦੇਖਿਆ ਅਤੇ ਉਦੋਂ ਬਾਅਦ ਉਹ ਐਪ ਡਾਊਨਲੋਡ ਕਰ ਲਈ ਅਤੇ ਉਹਦੇ ਰਾਹੀਂ ਇਹਨੇ ਜਿਹੜਾ ਹੈਗਾ ਇਹਦੇ 'ਚ ਪੈਸੇ ਜਿਹੜੇ ਆਪਦੇ ਲਾਏ ਸੀ। ਇਹ ਅਸੀਂ ਲੋਕਾਂ ਨੂੰ ਇਹੀ ਪਹਿਲਾਂ ਵੀ ਅਵੇਅਰ ਕਰਦੇ ਹਾਂ ਵੀ ਲਾਲਚ 'ਚ ਨਾ ਫਸੋ, ਜਿੱਥੇ ਤੁਹਾਨੂੰ ਕਿਤੇ ਵੀ ਲੱਗਦਾ ਵੀ ਕੋਈ ਦੁੱਗਣੇ ਜਾਂ ਚੌਗਣੇ ਕੋਈ ਚੀਜ਼ ਕਰਕੇ ਦੇ ਰਿਹਾ ਹੈ, ਉਹ ਪਹਿਲਾਂ ਇੱਕ ਵਾਰੀ ਦਿਮਾਗ ਆਪਦੇ ਜ਼ੋਰ ਪਾ ਕੇ ਜ਼ਰੂਰ ਸੋਚੋ ਵੀ ਜੇ ਕੋਈ ਬਿਨਾਂ ਤੁਹਾਨੂੰ ਗੱਲ ਤੋਂ ਲਾਲਚ ਦੇ ਰਿਹਾ ਬੰਦਾ, ਉਸ 'ਚ ਕੋਈ ਨਾ ਕੋਈ ਜਿਹੜਾ ਫਰੋਡ ਛੁਪਿਆ ਹੋਊਗਾ। ਇਸ ਗੱਲ ਕਰਕੇ ਕਦੇ ਵੀ ਕੋਈ ਔਨਲਾਈਨ ਜਿਹੜੇ ਲਿੰਕ ਵਗੈਰਾ ਹੈਗੇ ਆ ਉਹ 'ਤੇ ਕਦੇ ਕਲਿੱਕ ਨਾ ਕਰੋ, ਜਿਹੜੇ ਅਣਜਾਣੇ ਲਿੰਕ ਆ ਜਾਂ ਤੁਹਾਨੂੰ ਮੈਸੇਜਿਸ ਆਉਂਦੇ ਆ ਜਾਂ ਕੋਈ ਬੈਂਕ ਤੋਂ ਕੋਈ ਬਣ ਕੇ ਅਧਿਕਾਰੀ ਕਹਿੰਦਾ ਵੀ ਤੁਹਾਡਾ ਜਿਹੜਾ ਹੈਗਾ ਆ ਏਟੀਐਮ ਬਲੌਕ ਹੋ ਗਿਆ ਜਾਂ ਤੁਹਾਡਾ, ਉਹ ਆਪਦਾ ਸੰਬੰਧਿਤ ਬੈਂਕ 'ਚ ਜਾ ਕੇ ਉਹਨੂੰ ਵੈਰੀਫਾਈ ਕਰੋ ਅਤੇ ਬਿਨਾਂ ਸੋਚੇ ਸਮਝੇ ਕਿਸੇ ਵੀ ਲਿੰਕ 'ਤੇ ਜਿਹੜਾ ਹੈਗਾ ਕਲਿੱਕ ਨਾ ਕੀਤਾ ਜਾਵੇ। ਪੜ੍ਹੇ ਲਿਖੇ ਨਾਲ ਤਾਂ ਵੱਜ ਰਹੀ ਹੈ ਕਿਉਂਕਿ ਜਿਹੜਾ ਲਾਲਚ ਹੈ ਉਹ ਹਿਊਮਨ ਬੀਂਗ ਦੀ ਇੱਕ ਨੇਚਰ ਹੈਗਾ, ਜਦੋਂ ਬੰਦੇ ਨੂੰ ਕੋਈ ਲਾਲਚ ਦਿੰਦਾ ਤਾਂ ਉਹ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਪਾਉਂਦੀ ਪੜ੍ਹਿਆ ਲਿਖਿਆ ਭਾਉਣ ਦੀ ਕੋਈ ਭੋਲਾ ਹੈ, ਉਹਦਾ ਦਿਮਾਗ ਹੈ ਜਿਹੜਾ ਬੰਦ ਹੋ ਜਾਂਦਾ, ਕੰਮ ਨਹੀਂ ਕਰਦਾ ਦਿਮਾਗ ਬੰਦਾ, ਕਿ ਉਹ ਲਾਲਚ ਪੈ ਕੇ ਉਹਨਾਂ ਜੋ ਕੁਛ ਕਹਿੰਦੇ ਉਹਦੇ ਮੁਤਾਬਕ ਹੀ ਕਰਦਾ ਅਤੇ ਆਪਦੇ ਜਿਹੜੇ ਪੈਸੇ ਆ ਜੋ ਮਿਹਨਤ ਨਾਲ ਕਮਾਏ ਹੁੰਦੇ ਇਨਵੈਸਟ ਕਰ ਦਿੰਦੇ।